ਇਜ਼ ਯੋ ਸੋ ਆਪਾ ਪਹੁੰਚ ਚੁੱਕੇ ਹਾਂ ਜੀ ਸੁਪਰੀਮ ਕੋਰਟ ਆਫ ਇੰਡੀਆ ਦੀ ਅਫੀਸ਼ੀਅਲ ਵੈਬਸਾਈਟ ਤੇ ਤੇ ਜਿਵੇਂ ਸਾਰਿਆਂ ਨੂੰ ਪਤਾ ਸੀ ਅੱਜ ਹੈਗਾ ਸੀ ਜੀ ਬੀਐਸਟੀਸੀ ਬੀਆਰਡ ਦਾ ਜੋ ਵਿਵਾਦ ਚੱਲ ਰਿਹਾ ਉਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਸੀ ਪਹਿਲੀ ਸੁਣਵਾਈ ਦੀ ਟਾਈਮ ਟੂ ਟਾਈਮ ਡਿਟੇਲ ਜਿਹੜੀ ਆਪ ਆਪਨੇ ਟੈਲੀਗ੍ਰam ਚੈਨਲ ਤੇ ਸ਼ੇਅਰ ਕਰ ਰਹੀ ਸੀ ਆਈ ਹੋਪ ਤੁਸੀਂ ਟੈਲੀਗ੍ਰam ਚੈਨਲ ਜ਼ਰੂਰ ਜੁਆਇਨ ਕੀਤਾ ਹੋਵੇਗਾ ਤੇ ਉੱਥੇ ਟਾਈਮ ਟੂ ਟਾਈਮ ਜਿਹੜੀ ਜੀ ਖਬਰ ਹੈਗੀ ਤੁਹਾਨੂੰ ਉੱਥੇ ਮਿਲਦੀ ਜਾਂਦੀ ਹੈ ਸੋ ਅਗਰ ਤੁਹਾਨੂੰ ਹਾਲ ਤੱਕ ਜੁਆਇਨ ਨਹੀਂ ਕੀਤਾ ਤਾਂ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜੇਗਾ ਤਾਂ ਕਿ ਤੁਹਾਨੂੰ ਕੇਸ ਦੇ ਰਿਲੇਟਡ ਹਰ ਇੱਕ ਇਨਫੋਰਮੇਸ਼ਨ ਟਾਈਮ ਟੂ ਟਾਈਮ ਮਿਲ ਜੇ ਜਿਹੜੀ ਕੰਪਲੀਟ ਹੋ ਚੁੱਕੀ ਹੈ ਜੀ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਹੈਗੀ ਜੀ ਕੇਸ ਡਿਟੇਲ ਤੇ ਜਿਹਦੇ ਵਿੱਚ ਨੈਕਸਟ ਡੇ ਇਹੋਂ ਆਪਨੂੰ 22 ਫਰਵਰੀ 2022 ਜਿਹੜੀ ਹੈ ਦੇ ਦਿੱਤੀ ਗਈ ਹੈ ਇਸ ਦਾ ਮਤਲਬ ਇਹ ਹੈ ਜੀ ਜੋ ਹਾਈ ਕੋਰਟ ਦਾ ਫੈਸਲਾ ਸੀਗਾ ਜੀ ਉਸ ਤੇ ਸਟੇ ਨਹੀਂ ਦਿੱਤੀ ਗਈ ਤੇ ਨੈਕਸਟ ਡੇ ਜਿਹੜੀ ਹੈ ਉਹ 22 ਫਰਵਰੀ 2022 ਹਾਈ ਕੋਰਟ ਦਾ ਫੈਸਲਾ ਸੀ ਜੀ ਉਸ ਤੇ ਸਟੇ ਤਾਂ ਨਹੀਂ ਦਿੱਤਾ ਗਿਆ ਨੈਕਸਟ ਡੇ ਜਿਹੜੀ ਹੈ 22 ਫਰਵਰੀ ਦੇ ਦਿੱਤੀ ਗਈ ਹੈ 22 ਫਰਵਰੀ ਨੂੰ ਹੁਣ ਨੈਕਸਟ ਡੇ ਜਿਹੜੀ ਆਪਣੀ ਸੁਣਵਾਈ ਹੋਏਗੀ 22 ਫਰਵਰੀ ਨੂੰ ਤੋਂ ਦੇਖੋ ਜੀ 22 ਫਰਵਰੀ ਨੂੰ ਕੀ ਸੁਣਵਾਈ ਹੁੰਦੀ ਹੈ ਬਾਕੀ ਟਾਈਮ ਟੂ ਟਾਈਮ ਅਪਡੇਟ ਪਾਉਣ ਲਈ ਤੁਸੀਂ ਆਪਣੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦੇ ਹੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ ਸੋ ਇਸੇ ਕੀ ਜੀ ਅਫੀਸ਼ਲ ਨਿਊਜ਼ ਰਿਗਾਰਡਿੰਗ ਬੀਐਸਟੀਸੀ ਬੀਅਟ ਦਾ ਜੋ ਵਿਵਾਦ ਚੱਲ ਰਿਹਾ ਹੈ ਰਾਜਸਥਾਨ ਵੱਲੋਂ ਇੱਕ ਕੇਸ ਲਗਾਇਆ ਗਿਆ ਸੁਪਰੀਮ ਕੋਰਟ ਦੇ ਵਿੱਚ ਐਪਲੀਕੇਬਲ ਸਾਰੇ ਤਾਂ ਇਹੀ ਹੋਏਗਾ ਪੰਜਾਬ ਲਈ ਵੀ ਬਹੁਤ ਇੰਪੋਰਟੈਂਟ ਹੈ ਸਭ ਦੀ ਹੀ ਨਿਗਾਹਾਂ ਜੜੀਆਂ ਨੇ ਇਸ ਕੋਰਟ ਦੇ ਫੈਸਲੇ ਤੇ ਇਸ ਕੇਸ ਦੇ ਫੈਸਲੇ ਤੇ ਬਣੀਆਂ ਹੋਈਆਂ ਨੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤੇ ਇਸੇ ਕੀ ਜੀ ਆਫੀਸ਼ਲ ਇਨਫੋਰਮੇਸ਼ਨ ਆਰ ਆਪਨ ਇਨਫੋਰਮੇਸ਼ਨ ਤੁਹਾਡੇ ਲਈ ਯੂਸਫੁਲ ਰਹੀ ਹੋਵੇਗੀ ਪਲੀਜ਼ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਬ ਤੱਕ ਇਨਫੋਰਮੇਸ਼ਨ ਪਹੁੰਚੇ ਤੇ ਸਾਰੇ ਹੀ ਇਸ ਕੇਸ ਦੀ ਜਾਣਕਾਰੀ ਲੈ ਸਕਣ ਤੇ ਨਾਲ ਹੀ ਆਪਣੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ ਥੈਂਕ ਯੂ